ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰੋਮੀ ਠੱਗ ਲਾਈਫ ਕਿਵੇਂ ਹੋ ਸਾਰੇ ਠੀਕ ਹੋ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕੁਛ ਇੱਕ ਦੋ ਗੱਲ ਕਰ ਲਈਏ ਦਿਲ ਦੀ ਫਿਰ ਉਸ ਤੋਂ ਬਾਅਦ ਅੱਜ ਵੀਡੀਓ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਮਜ਼ੇ ਵਾਲੀ ਹੋਣੀ ਹੈ ਤੇ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਪਿੱਛੇ ਜਿੰਨੀਆਂ ਵੀਡੀਓ ਆ ਬਹੁਤ ਅੱਛਾ ਰਿਸਪੋਂਸ ਦੇ ਰਹੇ ਹੋ ਔਰ 20,000 ਕੰਪਲੀਟ ਕਰ ਲਏ ਆ ਤੇ ਹੁਣ ਜਿਹੜੀ ਅੱਗੇ ਨਵੀਂ ਵੀਡੀਓ ਆ ਹੁਣ ਬਹੁਤ ਜ਼ਿਆਦਾ ਅੱਤ ਚੁੱਕੀ ਦੀ ਹੈ ਬੜੇ ਵਾਰੀ ਵੀਡੀਓ ਛੋਟੀਆਂ ਛੋਟੀਆਂ 'ਚ ਬੜੇ ਵਾਰੀ ਕਹਿ ਕੇ ਵੇਖਿਆ ਪਰ ਹੈ ਨਹੀਂ ਹੁਣ ਮੈਨੂੰ ਸਿੱਧੇ ਹੋਣਾ ਹੀ ਪੈਣਾ ਹੈ ਕਹਿੰਦੇ ਆ ਨਾ ਜਦੋਂ ਸਿੱਧੀ ਉਂਗਲ ਨਾਲ ਘਿਓ ਨਹੀਂ ਨਿਕਲਦਾ ਫਿਰ ਐਂ ਕਰਨੀ ਪੈਂਦੀ ਆ ਟੇਢੀ ਤੋਤਾ ਮੁੱਕਾ ਵੀਡੀਓ ਨੂੰ ਪੂਰੀ ਦੇਖਿਓ ਸਕਿੱਪ ਨਾ ਕਰਿਓ ਪੂਰੀ ਦੇਖਿਓ ਜੇ ਵਿੱਚ ਮਤਲਬ ਹਾਂ ਦੂਜੀ ਗੱਲ ਮੇਰੀ ਕੋਈ ਕਿਸੇ ਨਾਲ ਕੋਈ ਜ਼ਿਆਦਾ ਦੁਸ਼ਮਣੀ ਨਹੀਂ ਹੈ ਬਸ ਇੱਕ ਹੈ ਜਸਟ ਵੀਡੀਓ ਹੁੰਦੀ ਆ ਅਤੇ ਵੀਡੀਓ ਤੱਕ ਹੀ ਰਹਿ ਜਾਂਦੀ ਹੈ ਗੱਲ ਅਤੇ ਆਪਾਂ ਇਹੋ ਕਹੀਦਾ ਵੀ ਬਹੁਤੀ ਜ਼ਿਆਦਾ ਦਿਲ 'ਤੇ ਲੈਣ ਦੀ ਲੋੜ ਨਹੀਂ ਹੈ ਗੱਲ ਠੀਕ ਹੈ ਨਾ ਜਿਹਨੂੰ ਸਮਝ ਆਉਂਦੀ ਆ ਮੈਸੇਜ ਵੀ ਆ ਜਿਹਨੂੰ ਸਮਝ ਆਉਂਦੀ ਆ ਸਮਝ ਜਾਏਗਾ ਨਹੀਂ ਆਉਂਦੀ ਤਾਂ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਅਤੇ ਠੀਕ ਹੈ ਨਾ ਸਮਝੀ ਗਏ ਹੋ ਗਏ ਠੀਕ ਹੈ ਨਾ ਹੈਲੋ ਜਾਣੇ ਮਨ ਸਵੇਰੇ ਸਵੇਰੇ ਸੁਰਖੀ ਬਿੰਦੀ ਲਾ ਕੇ ਕਿੱਥੇ ਚੱਲੀ ਆ ਤੂੰ ਮੱਝ ਨੂੰ ਜਿੰਨਾ ਮਰਜ਼ੀ ਨਵਾਲ ਲੋ ਤੋਲੋ ਨੇ ਫੇਰ ਜਾ ਕੇ ਨਾ ਛੱਪਰ ਜੀ ਮਿਲਣਾ ਉਹਨੇ ਫਿਰ ਛੱਪੜ ਜੀ ਜਾ ਕੇ ਮਿਲ ਲੈਣਾ ਕੋਈ ਫਾਇਦਾ ਨਹੀਂ ਦਾਦਾ ਨਵਾਲ ਦਾ ਤੇ ਇੱਦਾਂ ਹੀ ਇਹਦਾ ਵੀ ਕੋਈ ਫਾਇਦਾ ਨਹੀਂ ਹੈ ਤੇਰਾ ਵੀ ਜਿੰਨੀ ਮਰਜ਼ੀ ਸੁਰਖੀ ਬਿੰਦੀ ਲਾ ਲਾ ਉਹ ਕੀ ਦੇਖ ਲਿਆ ਮੈਂ ਹਾਂਜੀ ਮੈਂ ਆਸਕ ਨੂੰ ਮਿਲਣ ਚੱਲੀ ਆ ਟੈਂਕੀ ਪਾਰਕ ਅੱਛਾ ਹਾਂ ਮੇਰੇ ਆਉਂਦੇ ਰੋਟੀਆਂ ਉਟੀਆਂ ਬਣਾ ਲਿਓ ਠੀਕ ਹੈ ਬਹੁਤ ਸਾਰੇ ਕੰਮ ਸਾਰੇ ਕਰ ਲਿਓ ਬਹੁਤ ਸਿਆਣੀ ਆ ਨਾ ਹਾਂਜੀ ਹਾਂ ਤੂੰ ਆਪਣੇ ਆਸਕ ਨੂੰ ਮਿਲਣ ਜਾਵੇਂ ਤੇ ਅਸੀਂ ਰੋਟੀ ਪਾਣੀ ਬਣਾ ਕੇ ਰੱਖੀ ਹੈ ਇਹਦਾ ਬੰਦਾ ਜਿਹੜਾ ਮੈਂ ਤੇ ਕਹਿੰਦਾ ਨਹੀਂ ਕਿ ਉਹ ਬੰਦਾ ਝੁੱਡੂ ਹੈ ਇੱਕ ਨੰਬਰ ਦਾ ਰੱਖ ਦੇ ਨਾਇਕ ਤੇਰੇ ਮੂੰਹ ਤੇ ਜਿਹੜਾ ਕਿ ਉਹਨੂੰ ਇੰਨਾ ਨਹੀਂ ਪਤਾ ਸਮਾਜ 'ਚ ਰਹਿਣ ਡੇ ਆ ਤੁਸੀਂ ਕੀ ਗੰਦ ਪੁਣਾ ਕਰਦੇ ਰਹਿੰਦੇ ਰੋਜ਼ ਇਹਨਾਂ ਨੂੰ ਵਹਿਮ ਹੋ ਗਿਆ ਵੀ ਆਪਾਂ ਕੁਛ ਵੀ ਕਰ ਦਾਂਗੇ ਕੁਛ ਵੀ ਬੋਲ ਦਾਂਗੇ ਸਾਡਾ ਚੱਲਣਾ ਹੀ ਚੱਲਣਾ ਤੇ ਸ਼ਰਮ ਆਉਣੀ ਚਾਹੀਦੀ ਹੈ ਥੋੜ੍ਹੀ ਕੁ ਵੀ ਬੰਦਾ ਹੋ ਕੇ ਤੂੰ ਕਿਹੋ ਜਿਹੀਆਂ ਵੀਡੀਓ ਬਣਾਉਂਦਾ ਕਿਹੋ ਜਿਹੀ ਆਪਣੇ ਜਨਾਨੀ ਕਿਹੋ ਜਿਹੀ ਜਨਾਨੀ ਹੈ ਇਹ ਤੂੰ ਟੱਟੀ ਹੈ ਜਿਹਨੂੰ ਇਹ ਸ਼ਿੰਗਾਰਦਾ ਰਹਿੰਦਾ ਆ ਠੀਕ ਹੈ ਮੰਨਿਆ ਕਿ ਤੇਰੀ ਆਪਣੀ ਫੈਮਿਲੀ ਹੈ ਤੈਨੂੰ ਪਸੰਦ ਹੈ ਤੇਰਾ ਪਿਆਰ ਹੈ ਪਰ ਸਾਨੂੰ ਇੰਨੀ ਪਸੰਦ ਸਾਨੂੰ ਨਹੀਂ ਪਸੰਦ ਹੈਗੀ ਕਿਸੇ ਨੂੰ ਵੀ ਤੇ ਨਾ ਦਿਖਾਇਆ ਕਰ ਤਿਆਰ ਕਰਕੇ ਤਿਆਰ ਕੀਤੇ ਹੋ ਪਹਿਲਾਂ ਵੀ ਉਦਾਂ ਦੀ ਤੇ ਬਾਅਦ ਚੋਂ ਵੀ ਉਦਾਂ ਦੀ ਆ ਦੇਖਿਓ ਐਡਾ ਕੀ ਉਹਦਾ ਡੱਬਾ ਕੀ ਕਰਨਾ ਵਾ ਜਿੱਡੀ ਕਿਤੇ ਆਪ ਉਡਾ ਕੀ ਲਿਆਉਣਾ ਪੈਣਾ ਸੀ ਘਿਓ ਵਾਲਾ ਕੈਨ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਉਡਾ ਹੀ ਲੈਣਾ ਪੈਣਾ ਇਹਨਾਂ ਦਾ ਛੋਟੇ ਦਾ ਕਿਲੋ ਨਾ ਕਿੱਥੇ ਸਰਨਾ ਇਹਦੇ ਰੋਜ਼ ਰੋਜ਼ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਤੇ ਮਤਲਬ ਦਿਨ ਚ ਪਤਾ ਨਹੀਂ ਕਿੰਨਾ ਕੁ ਤੇ ਤਲ ਤਲ ਕੇ ਖਾਂਦੀ ਰਹਿੰਦੀ ਆ ਤੇ ਇੰਨਾ ਹੀ ਘਿਓ ਦਾ ਪੀਪਾ ਚਾਹੀਦਾ ਇਹਨਾਂ ਨੂੰ ਇਹ ਵੀ ਛੋਟਾ ਵੱਡਾ ਡਰੰਮ ਲਿਆਓਗੇ ਤੋਂ ਜਾ ਕੇ ਕੰਟੀਨ ਕੁੰਟੂਨ ਵੇਖੋ ਕਿਤੇ ਪੁਰਾਣਾ ਸਮਾਨ ਪੀਪਾ ਪਿਆ ਦਾ ਕੋਈ ਓਵਰ ਡੇਟ ਤੇ ਉਹ ਹੀ ਲਿਆਓ ਉਹ ਵੀ ਤੁਸੀਂ ਖਾ ਜਾਣਾ ਹਾਂਜੀ ਮੈਂ ਪਰੌਂਠੇ ਬਣਾਉਣੇ ਨਮਕੀਨ ਵਾਲੇ ਠੀਕ ਹੈ ਨਾ ਤੁਸੀਂ ਖਾਣੇ ਆ ਨਮਕੀਨ ਵਾਲੇ ਪਰੌਂਠੇ ਤੇ ਅੱਗੇ ਕਿਹੜੇ ਬਣਦੇ ਰਹੇ ਸੀ ਤੇਜ਼ਾਬ ਵਾਲੇ ਪਰੌਂਠੇ ਇਹ ਵੀ ਤਾਂ ਨਮਕੀਨ ਵਾਲੇ ਪਰੌਂਠੇ ਹੀ ਖਾਂਦੇ ਆ ਸਾਰੇ ਤੇ ਆਪਾਂ ਨਹੀਂ ਖਾਣੇ ਤੁਸੀਂ ਖਾਓ ਅੱਜ ਤੁਹਾਡੀ ਭਾਬੀ ਸਪੈਸ਼ਲ ਆਂਡਿਆਂ ਦੀ ਸਬਜ਼ੀ ਬਣਾਉਣ ਜਾ ਰਹੀ ਆ ਆਂਡਿਆਂ ਦੀ ਸਬਜ਼ੀ ਕਿਹੜੀ ਹੁੰਦੀ ਆ ਓਏ ਆਂਡਿਆਂ ਦੀ ਭੁਰਜੀ ਹੁੰਦੀ ਆ ਭੈਣਚੋ ਆਂਡਿਆਂ ਦੀ ਸਬਜ਼ੀ ਅੱਛਾ ਇਹਨਾਂ ਨੂੰ ਭੈਣਚੋ ਇਹੋ ਹੀ ਨਹੀਂ ਪਤਾ ਵੀ ਆਂਡਿਆਂ ਦੀ ਸਬਜ਼ੀ ਹੁੰਦੀ ਆ ਕੋਈ ਭੁਰਜੀ ਹੁੰਦੀ ਆ ਇਹਨਾਂ ਨੂੰ ਅੱਜ ਤੱਕ ਇਹੋ ਹੀ ਨਹੀਂ ਪਤਾ ਲੱਗਾ ਤੇ ਨਾਂ ਰੱਖਦਾ ਆਂਡਿਆਂ ਦੀ ਸਬਜ਼ੀ ਭੈਣਚੋ ਤੂੰ ਹੀ ਖਾਓ ਹੈ ਜਿੱਦਾਂ ਕਿ ਤੁਸੀਂ ਪਨੀਰ ਦੀ ਸਬਜ਼ੀ ਖਾਂਦੇ ਹੋ ਉਸ ਤਰ੍ਹਾਂ ਹੀ ਆਂਡਿਆਂ ਦੀ ਸਬਜ਼ੀ ਬਣਾਉਣੀ ਆ ਔਰ ਦੇਖੋ ਕਿਸ ਤਰ੍ਹਾਂ ਬਣਾਉਂਦੀ ਹੈ ਹਾਂਜੀ ਅੱਜ ਤੁਹਾਡੀ ਭਾਬੀ ਸਪੈਸ਼ਲ ਲੈ ਕੇ ਆਈ ਹੈ ਪਿਆਜ਼ ਆਂਡਾ ਆਂਡੇ ਆਏ ਹਾਏ ਭਾਬੀ ਆ ਗਿਆ ਕੋਲ ਆਏ ਹਾਏ ਆਂਡੇ ਨਹੀਂ ਕਦੀ ਦੇਖੇ ਰਿਹਾ ਨਾ ਜ਼ਿੰਦਗੀ 'ਚ ਕਿੰਨੀ ਖੁਸ਼ ਹੋਣ ਦੀ ਆਂਡੇ ਦੇ ਵੇਖ ਮੇਰੇ ਮੂੰਹ 'ਚ ਕੁਛ ਹੋਰ ਨਿਕਲ ਜਾਣੇ ਪਰ ਮੈਂ ਕਹਿਣਾ ਨਹੀਂ ਆ ਕਿਉਂਕਿ ਹੁਣ ਸਾਰੇ ਰਿਕੁਐਸਟ ਕਰਦੇ ਵੀ ਉਹ ਨਾ ਗੱਲਾਂ ਵਿੱਚ ਉਹ ਜੀਆਂ ਬੋਲੀਆਂ ਜਾਣ ਨਹੀਂ ਤਾਂ ਮੈਂ ਤੁਹਾਨੂੰ ਦੱਸ ਤੇ ਦੇਣਾ ਸੀ ਆਂਡੇ ਆਰੀ ਵੀ ਆਲੀ ਭਾਬੀ ਰਣਜੀਤ ਕੌਰ ਚੁੰਮਿਆਂ ਵਾਲੀ ਨਵੀਂ ਰੈਸਪੀ ਲੈ ਕੇ ਰਸੋਈ ਘਰ ਦੇ ਵਿੱਚ ਅੱਜ ਤੁਹਾਨੂੰ ਬਣਾਉਣਾ ਸਿਖਾਉਗੀ ਭਿੰਡੀਆਂ ਪਿਆਜ਼ ਕਿੱਦਾਂ ਬਣਦੇ ਆ ਠੀਕ ਹੈ ਨਾ
ਭੈਣ ਚੋਦ ਮਤ ਮਰ ਕੀ ਲਈ ਤੁਹਾਡੀ ਐਦਾ ਵਾਕੇ ਹੈ ਸਹੀ ਗੱਲ ਹੈ ਗੂੰ ਪਥੂੰ ਖਾ ਖਾ ਕੇ ਨਾ ਜੋ ਲੱਗਦਾ ਖਾ ਖਾ ਕੇ ਤਾਂ ਹੋ ਗਿਆ ਦਿਮਾਗ ਖਰਾਬ ਅੱਛਾ ਸਾਨੂੰ ਪਤਾ ਹੀ ਨਹੀਂ ਆ ਵੀ ਭਿੰਡੀ ਪਿਆਜ ਕਿੱਦਾਂ ਬਣਦੇ ਆ ਪਤਾ ਹੀ ਨਹੀਂ ਆ ਇਤੋਂ ਇਹ ਵੀਡੀਓ ਵੇਖੀ ਨਾ ਮੈਂ ਫਿਰ ਪਤਾ ਲੱਗਾ ਵੀ ਆਪਾਂ ਭਿੰਡੀ ਜਿਹੜੀ ਪਿਆਜ ਖਾਂਦੇ ਰਹੇ ਉਹ ਤੇ ਆਪਾਂ ਐਵੇਂ ਪਤਾ ਨਹੀਂ ਕੀ ਖਾ ਰਿਹਾ ਭਿੰਡੀ ਪਿਆਜ ਜਿਹੜੀ ਉਹ ਵੀ ਕੋਈ ਰੈਸਪੀ ਉਹ ਕੋਈ ਸਬਜ਼ੀ ਬਣਦੀ ਆ ਉਹ ਅੱਜ ਪਤਾ ਲੱਗਿਆ ਉਹ ਤੁਹਾਡੀ ਓਏ ਸੱਪ ਬਣਾ ਲਿਓ ਕਿ आंडा गोभी मकरोनी मेनू ना सही दसा ना मेनू सुन के ही भैन चुर उल्टी आंदी है उल्टी ਕਿੱਦਾਂ ਬਣਾ ਕੇ ਅੱਛਾ ਇੱਕ ਗੱਲ ਹੋਰ ਹੈ ਇੰਨਾ ਮੈਨੂੰ ਯਕੀਨ ਹੈ ਇਹ ਜਿੰਨੀਆਂ ਰੈਸਪੀਆਂ ਨੇ ਦੱਸੀਆਂ ਨਾ ਕਿਸੇ ਨੇ ਘਰ 'ਚ ਕੋਸ਼ਿਸ਼ ਵੀ ਨਹੀਂ ਕੀਤੀ ਹੋਣੀ ਕੋਸ਼ਿਸ਼ ਤਾਂ ਬੜੀ ਦੂਰ ਦੀ ਗੱਲ ਆ ਸੋਚਿਆ ਵੀ ਹੋਣਾ ਵੀ ਇਹ ਭੈਣ 'ਚੋਂ ਕੀ ਇਹ ਤਾਂ ਬਣਾਉਣਾ ਹੀ ਨਹੀਂ ਨਾ ਕੀ ਬਣਾ ਕੇ ਖਾਂਦੇ ਰਹਿੰਦੇ ਆ ਜੋ ਲੱਭਦਾ ਭੈਣ ਆਂਡਾ ਗੋਭੀ ਭਰਿਆ ਮਕਰੋਨੀ ਤੁਹਾਡੀ ਕਿਤੇ ਤੁਹਾਡੇ ਨਾ ਗੋਭੀ ਆਂਡਾ ਤੇ ਜੇ ਜੀ ਮਕਰੋਨੀ ਸੀ ਨਾ ਇਹਦੇ ਵਿੱਚ ਕਿਤੇ ਉਹਦਾ ਉਧਰ ਦਾ ਧਿਆਨ ਹੋਏ ਤੇ ਉੱਤੋਂ ਕਿਰਲੀ ਡਿੱਗ ਪਏ ਵਿੱਚ ਤੇ ਮਰ ਜਾਓ ਤੁਸੀਂ ਖਾ ਕੇ ਸਾਰੇ ਹੀ ਆਹ ਦੇਖੋ ਨੈਕਸਟ ਰੈਸਿਪੀ ਦੇਖੋ ਤੁਸੀਂ ਪਹਿਲਾਂ ਭੂਪੈ ਦੇਖਿਓ ਯਾਰ ਚਲ ਅੱਜ ਤੁਹਾਡੇ ਲਈ ਸਪੈਸ਼ਲ ਪਾਪੜ ਦੀ ਸਬਜ਼ੀ ਔਰ ਜਿਹੜਾ ਕਿ ਆਪਾਂ ਲੀਚੀ ਪਾਪੜ ਕਹਿੰਦੇ ਆ ਅੱਜ ਭਾਬੀ ਨੇ ਸਪੈਸ਼ਲ ਤੁਹਾਡੇ ਲਈ ਪਾਪੜ ਦੀ ਸਬਜ਼ੀ ਬਣਾਣੀ ਆ ਕਿਉਂ ਤੇ ਜੇ ਮੌਤ ਵਾਜਾ ਮਾਰਨ ਡਈ ਆ ਪਾਪੜ ਦੀ ਸਬਜ਼ੀ ਜੋ ਪਾਪੜ ਦੀ ਸਬਜ਼ੀ ਹੱਦ ਹੋ ਗਈ ਆ ਭੈਣ ਚੋ ਅਲੀ ਜਿਹੜਾ ਪਾਪੜ ਦੀ ਸਬਜ਼ੀ ਭੈਣ ਠੀਕ ਹੈ ਨਾ ਗੋਭੀ ਲੈ ਕਿੰਨੀ ਸੋਹਣੀ ਗੋਭੀ ਲੈ ਕੇ ਆਉਣੀ ਹੈ ਵਧੀਆ ਸਾਫ ਸੁਥਰੀ ਗੋਭੀ ਗੋਭੀ ਮਿਲਦੀ ਨਹੀਂ ਹੈ ਇਹ ਕੀ ਹੈ ਸਕਿਨ ਭੈਣ ਕੇ ਤੂੰ ਪਾਗਲ ਹੈ ਕਿਆ ਅਬੇ ਤੂੰ ਪਾਗਲ ਤੇਰੀ ਮਾਂ ਕੀ ਤੜ ਉਹ ਫਾਟ ਦੇਖ ਮੂੰਹ ਕਿਵੇਂ ਕਰਿਆ ਹੋਇਆ ਨੇ ਮੂੰਹ ਮੋਟਾ ਉਹ ਚੁੱਪ ਕਰਕੇ ਬਹਿ ਜਾ ਕਿਤੇ ਹੋਰ ਬੇਲ ਨੇ ਖਾਲ ਬਣਾ ਤੁਹਾਡਾ ਭਰਾ ਨੇ ਤੁਸੀਂ ਅੱਜ ਭਰਾ ਦੇ ਆਉਣ ਦੀ ਖੁਸ਼ੀ ਚ ਮੀਟ ਬਣਿਆ ਵਾਹ ਸ਼ੁਕਰ ਹੈ ਕਿਤੇ ਮੀਟ ਲੰਮੀ ਗਏ ਹੋ ਤੁਸੀਂ ਮੀਟ ਬਣਿਆ ਮੇਰਾ ਭਰਾ ਵੀਰ ਨੇ ਖਾਊਗਾ ਤੇ ਤੂੰ ਹਾਂ ਅੱਛਾ ਤੇ ਭਰਾ ਵੇਖਿਓ ਜਿਹੜਾ ਮੀਟ ਖਾਣਾ ਉਹ ਵੀ ਉਹੋ ਹੀ ਲੱਛਣ ਹੈ ਆ ਬੈਠਾ ਮੇਰਾ ਭਰਾ ਆਏ ਹਾਏ ਆਏ ਹਾਏ ਆਏ ਹਾਏ ਇਹ ਕੀ ਹੈ ਇੱਕ ਪਾਸੋਂ ਤੁਸੀਂ ਕਹਿੰਦੇ ਹੋ ਵੀ ਆਪਾਂ ਬਾਬੇ ਦੇ ਮੰਦੇ ਆ ਸਾਡੇ ਘਰ 'ਚ ਜਗ੍ਹਾ ਆ ਪੀਰਾਂ ਦੀ ਜਗ੍ਹਾ ਆ ਹੈ ਸ਼ਰਮਿਆ ਤੇ ਤੁਹਾਨੂੰ ਹੈ ਨਹੀਂ ਮਸਕ ਸਮਾਜ ਦੇ ਵਿੱਚ ਤੁਸੀਂ ਗੰਦ ਘੋਲਿਆ ਦਾ ਜੋ ਗੂੰ ਪਥੂੰ ਖਾਈ ਜਾਂਦੇ ਹੋ ਅੱਛਾ ਇੱਕ ਚੀਜ਼ ਤੁਸੀਂ ਦੇਖੀ ਨੋਟ ਕੀਤੀ ਦਿਹਣ ਦੀ ਐਡੇ ਬਸ਼ਰਮ ਲੋਕ ਵੀ ਹੁੰਦੇ ਨੇ ਕੁਛ ਲੋਕ ਵੇਖੋ ਅੜਾ ਅਰਗੇ ਪਿੱਛੇ ਕਿਚਨ ਦੇ ਵਿੱਚ ਸਾਈਡ ਤੇ ਮਹਾਰਾਜ ਦੀ ਫੋਟੋ ਮਾਤਾ ਦੀ ਫੋਟੋ ਹਰ ਕੋਈ ਵੀ ਆ ਪਈ ਆ ਇਹਨਾਂ ਦੇ ਪਿੱਛੇ ਪਰ ਐਡੇ ਬਸ਼ਰਮ ਲੋਕ ਨੇ ਜਿੱਥੇ ਖਾਣਾ ਉੱਥੇ ਸਾਹਮਣੇ ਭਗਵਾਨ ਦੀ ਫੋਟੋ ਉਹ ਹੀ ਸ਼ਰਮ ਕਰ ਲਓ ਭਗਵਾਨ ਦੀ ਫੋਟੋ ਤੇ ਕਿਚਨ 'ਚੋਂ ਲੈ ਜਾਓ ਸਾਈਡ ਤੇ ਉੱਥੇ ਮੰਦਰ ਬਣਾਇਆ ਤਾਂ ਉੱਥੇ ਹੀ ਤੁਸੀਂ ਰੋਜ਼ ਗੂੰ ਪਥੂੰ ਬਣਾ ਕੇ ਖਾਈ ਜਾਂਦੇ ਹੋ ਆਂਡੇ ਮੀਟ ਜੋ ਲੱਭਦਾ ਤੁਹਾਨੂੰ ਕੁਛ ਤੇ ਸ਼ਰਮ ਕਰੋ ਕੁਛ ਤੇ ਸ਼ਰਮ ਕਰ ਲਓ ਰੱਬ ਕੋ ਡਰੋ ਰਸੋਈ 'ਚ ਜੋ ਗੂੰ ਖਾਣਾ ਖਾਈ ਜਾਓ ਆਪਣੀ 'ਚ ਪਰ ਰੱਬ ਦੀ ਫੋਟੋ ਪਿੱਛੋਂ ਹਟਾ ਲਓ ਉੱਥੋਂ ਕੋੜ ਪੈਣਾ ਤੁਹਾਨੂੰ ਭੈਣ 'ਚ ਤਿੰਨਾਂ ਨੂੰ ਭੈਣ 'ਚ ਗੂੰ ਖਾ ਲਿਓ ਬਣਾ ਕੇ ਕਹਿੰਦਾ ਤਾਂ ਹੀ ਉਹ ਸਾਲੀ ਇਹੋ ਜਿਹੀ ਅਕਲ ਆ ਤੁਹਾਡੀ ਖਾ ਖਾ ਕੇ ਗੂੰ ਤੇ ਉਹ ਦਿਮਾਗ 'ਚ ਵੀ ਉਹ ਟੱਟੀ ਭਰੀ ਦੀ ਹੋਣੀ ਹੈ ਤਾਂ ਹੀ ਤਾਂ ਤੁਸੀਂ ਮੂੰਹ 'ਚ ਵੀ ਹੱਕ ਦੇ ਦਿੰਦੇ ਹੋ ਫਿਰ ਸ਼ਰਮ ਲਾਈ ਦੀ ਭੈਣ ਰੈਸਪੀ ਦੇ ਨਾਂ ਤੇ ਗੂੰ ਖਾ ਰਹੇ ਭੈਣ ਨਵਾਂ ਨਵਾਂ ਵੀ ਠੀਕ ਹੈ ਨਾ ਹੁਣ ਜੋ ਆਉਣ ਲੱਗਾ ਧਿਆਨ ਨਾਲ ਦੇਖਣਾ ਠੀਕ ਹੈ ਨਾ ਜੀ ਅੱਜ ਰਣਜੀਤ ਕੌਰ ਬਾਬੀ ਸਪੈਸ਼ਲ ਤੁਹਾਡੇ ਲਈ ਪਕੌੜਿਆਂ ਦੀ ਚੂਰਪੂਰ ਦੀ ਸਬਜ਼ੀ ਬਣਾ ਰਹੀ ਆ ਹਾਂ ਹੁਣ ਆਏ ਨਾ ਇਹ ਆਈ ਆ ਸਹੀ ਆ ਰੈਸਪੀ ਅੱਜ ਚੀਜ਼ ਬਣਾਈ ਅਸਲੀ ਇਹ ਗਏ ਹੀ ਕਿਤੇ ਲੰਗਰ ਤੇ ਕਿਤੇ ਲੱਗੇ ਦਾ ਹੀ ਕਿਤੇ ਲੰਗਰ ਬਾਹਰ ਪਕੌੜਿਆਂ ਦਾ ਤੇ ਇੱਥੇ ਪਹੁੰਚੇ ਕਿਤੇ ਲੇਟ ਤੇ ਉੱਥੋਂ ਅੱਜ ਇਹਨਾਂ ਨੇ ਵੇਖਿਆ ਵੀ ਅੱਜ ਖਾਣ ਨੂੰ ਤਾਂ ਕੁਛ ਵੀ ਨਹੀਂ ਘਰ
ਲੰਗਰ ਤੇ ਵੀ ਆਇਆ ਤੇ ਲੰਗਰ ਵੀ ਖਤਮ ਹੋ ਗਿਆ ਤੇ ਕਿਤੇ ਪਕੌੜੇ ਲੱਗੇ ਰਹੀ ਉੱਥੋਂ ਬਚਿਆ ਕੀ ਬਚਿਆ ਐ ਪਕੌੜਿਆਂ ਦੀ ਚੂਰਪੂਰ ਦੀ ਸਬਜ਼ੀ ਤੇ ਐੜਾ ਨੇ ਉਹੋ ਹੀ ਚੁੱਕਿਆ ਲਫਾਫੇ 'ਚ ਪਾਇਆ ਪਕੌੜਿਆਂ ਦਾ ਚੂਰਪੂਰ ਤੇ ਉਹਦੀ ਸਬਜ਼ੀ ਮਨ ਸੱਪ ਸੱਪ ਆਂਡਾ ਪਿਆਜ ਸਭ ਕੁਛ ਪਾ ਕੇ ਨਾ ਖਾ ਲਿਓ ਤੇ ਮਰ ਜਿਓ ਠੀਕ ਹੈ ਨਾ ਆਓ ਜੀ ਅੱਜ ਰਣਜੀਤ ਕੌਰ ਭਾਬੀ ਲੈ ਕੇ ਆ ਰਹੀ ਹੈ ਗੋਲਗੱਪਿਆਂ ਦੀ ਸਬਜ਼ੀ ਔਰ ਅੱਜ ਤੱਕ ਕਿਸੇ ਨੇ ਬਣਾਈ ਨਹੀਂ ਹੈਗੀ ਔਰ ਭਾਬੀ ਸਪੈਸ਼ਲ ਗੋਲਗੱਪਿਆਂ ਦੀ ਸਬਜ਼ੀ ਬਣਾ ਕੇ ਲੈ ਕੇ ਆ ਰਹੀ ਆ ਉਹ ਗੋਲਗੱਪਿਆਂ ਦੀ ਸਬਜ਼ੀ ਤੁਹਾਡੀ ਗੋਲਗੱਪਿਆਂ ਦੀ ਸਬਜ਼ੀ ਮਰ ਜਾਓ ਭੈਣ ਜਦੋਂ ਖਾ ਗਿਆ ਗੋਲਗੱਪਿਆਂ ਦੀ ਸਬਜ਼ੀ ਮਰ ਜਾਓ ਕੌਣ ਇਹ ਲੋਕ ਇੱਕ ਹੋਰ ਚੀਜ਼ ਆਉਂਦੀ ਹੈ ਮੈਂ ਦੱਸਣਾ ਤੁਹਾਨੂੰ ਸਸਤੀ ਹੈ ਤੇ ਵਧੀਆ ਬਣਨੀ ਹੈ ਤੁਸੀਂ ਬਣਾ ਲਿਓ ਪੂੰਡਾ ਦੇ ਭੁਰਜੀ ਠੀਕ ਹੈ ਉਹ ਚ ਪਾ ਲਿਓ ਪਿਆਜ ਸਭ ਕੁਛ ਪਾ ਲਿਓ ਪੂੰਡਾ ਦੇ ਭੁਰਜੀ ਮੇਰੇ ਮੂੰਹ ਤੋਂ ਤੁਸੀਂ ਕਿਹਾ ਵੀ ਗਾਲ ਨਾ ਕਢਾਇਓ ਪਰ ਤੁਹਾਨੂੰ ਵੇਖ ਕੇ ਨਾ ਇੱਕ ਗਾਲ ਤੇ ਬੜੀ ਗਾਲਾਂ ਨਿਕਲਦੀਆਂ ਓਏ ਮਨ ਖਰਾਬ ਹੋ ਗਿਆ ਇਹ ਪਹਿਲੀ ਵਾਰੀ ਆ ਜਿਹੜੀ ਵੀਡੀਓ ਬਣਾਈ ਹੈ ਜਿਹਦੇ ਵਿੱਚ ਮੇਰੇ ਬਣਾਉਂਦੇ ਬਣਾਉਂਦੇ ਮਨ ਖਰਾਬ ਹੋ ਰਿਹਾ ਉਲਟੀ ਆਉਣ ਦੀ ਹੈ ਦੇਖਿਆ ਪਿਓ ਨੂੰ ਅਕਲ ਆ ਪਿਓ ਜੇ ਇਹਦਾ ਤਾਂ ਧੀ ਹੈ ਨਾਲ ਠੀਕ ਹੈ ਨਾ ਜਾਂਦੀ ਮੈਂ ਆਈ ਹਾਂ ਨਾ ਰੋਟੀ ਨਾ ਪਾਣੀ ਠੀਕ ਹੈ ਨਾ ਰੋਜ਼ ਹੀ ਮੇਰੇ ਨਾਲ ਕਰਦੀ ਹੈ ਤੇਰੀ ਮਾਂ ਕੁੱਤੇ ਖਾਣੀ ਠੀਕ ਹੈ ਮੈਂ ਚੱਲੀ ਹਾਂ ਖੁਸਰਿਆਂ ਨੂੰ ਕਿਉਂ ਤੁਸੀਂ ਬਦਨਾਮ ਕੀਤਾ ਦਾ ਉਹ ਚਾਰੇ ਤੁਸੀਂ ਉਹਨਾਂ ਨੂੰ ਵੀ ਬਦਨਾਮ ਕੀਤਾ ਦਾ ਉਹਨਾਂ ਦੇ ਵੀ ਤੁਸੀਂ ਮਤਲਬ ਕਿ ਸਾਲਾ ਇੰਨਾ ਹੀ ਸ਼ੌਂਕ ਹੈ ਤੈਨੂੰ ਇੰਨਾ ਹੀ ਚਾਅ ਆ ਤੇ ਬਣ ਜਾ ਖੁਸਰਾ ਬਣੀ ਜਾ ਤੇ ਜਾ ਕੇ ਵਧਾਈਆਂ ਮੰਗ ਹੀ ਲਿਆ ਕਰ ਇਹ ਕਿਹੜੀ ਤੁਸੀਂ ਵੀਡੀਓ ਬਣਾਉਂਦੇ ਹੋ ਵੀ ਦੱਸਦੇ ਹੋ ਵੀ ਤੁਸੀਂ ਬਸ ਇੱਕ ਐਂਟਰਟੇਨਮੈਂਟ ਕਰਨ ਡਿਓ ਦੁਨੀਆ ਦਾ ਬਸ ਆਪਾਂ ਮਤਲਬ ਵੀ ਜਾਣ ਬੁੱਝ ਕੇ ਕਰਨ ਡਿਆ ਤੂੰ ਤੇਰੇ ਵਿੱਚ ਕੀੜੇ ਆ ਤੂੰ ਸੱਚੀ ਖੁਸਰਾ ਆ ਕੀ ਸਮਾਜ ਨੂੰ ਸਿੱਖਿਆ ਦੇਣ ਡਿਓ ਤੁਸੀਂ ਕੁੜੀ ਜਿਹੜੀ ਉਹੋ ਜੀ ਉਹ ਵੀ ਨਾਲ ਲੱਗੀ ਦੀ ਹੈ ਦੱਸੋ ਯਾਰ ਕੋਈ ਸ਼ਰਮਈਆ ਕਰ ਲਓ ਮਾਸਾ ਦੁਨੀਆਦਾਰੀ ਦੀ ਪੈਸੇ ਕਰਕੇ ਭੈਣ ਚੋਂ ਮਰ ਚੱਲਿਓ ਤੁਸੀਂ ਸਾਰਾ ਕੁਛ ਵੀ ਕਰੀ ਜਾਂਦੇ ਪਏ ਹੋ ਸਭ ਕੁਛ ਤੁਹਾਡੇ ਲਈ ਪੈਸਾ ਹੀ ਆ ਕੋਈ ਮਤਲਬ ਇੱਜ਼ਤ ਮਾਨ ਨਹੀਂ ਤੁਹਾਡੇ ਲਈ ਮਾਇਨੇ ਰੱਖਦੀ ਵੀ ਦੁਨੀਆ 'ਚ ਸਮਾਜ 'ਚ ਤੁਸੀਂ ਕੀ ਗੰਦ ਘੋਲ ਰਹੇ ਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਲੋਕ ਕਿਹੜੇ ਕਿਹੋ ਜਿਹੇ ਲੋਕ ਨੇ ਜਿਹੜੇ ਇਹਨਾਂ ਨੂੰ ਵੇਖ ਕੇ ਖੁਸ਼ ਹੁੰਦੇ ਆ ਔਰ ਇੰਜੋਏ ਕਰ ਰਹੇ ਆ ਔਰ ਲਾਈਕ ਕਰ ਰਹੇ ਆ ਦੇਖੋ ਔਰ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਠੇ ਦੇ ਆ ਕਿੱਡਾ ਮਤਲਬ ਰੋਜ਼ ਸਿੱਖਣ ਨੂੰ ਜਿਹੜੀ ਇਹਨਾਂ ਕੋਲ ਚੀਜ਼ ਮਿਲਦੀ ਹੈ ਕਿੱਡੀ ਇਹਨਾਂ ਨੂੰ ਸਿੱਖਿਆ ਲੈਂਦੇ ਆ ਇਹਨਾਂ ਕੋਲੋਂ ਤੁਸੀਂ ਵੀ ਧੰਨ ਹੋ ਯਾਰ ਧੰਨ ਜਿਗਰਾ ਤੁਹਾਡਾ ਇਹੋ ਜਿਹੇ ਲੋਕਾਂ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਦਾ ਆ ਵਾਕਈ ਯਾਰ ਅੱਜ ਪਤਾ ਲੱਗ ਗਿਆ ਵੀ ਦੁਨੀਆ ਵਾਕਈ ਦੁਨੀਆ ਦਾ ਵੀ ਕੋਈ ਸਮਝ ਨਹੀਂ ਆਉਂਦੀ ਵੀ ਚੱਜ ਦੀ ਚੀਜ਼ ਨੂੰ ਲੋਕ ਇਹ ਕਹਿਣਗੇ ਲੋਕ ਮਜ਼ਾ ਨਹੀਂ ਆ ਇਹੋ ਜਿਹੇ ਗੰਦ ਜਿਹੜੇ ਨਾ ਇਹਨਾਂ ਨੂੰ ਲੋਕ ਵੇਖਦੇ ਆ ਕਰੋ ਹੋਰ ਕਰੋ ਸਬਸਕ੍ਰਾਈਬ ਇਹਨਾਂ ਨੂੰ ਤੁਸੀਂ ਸਿਲਵਰ ਬਟਨ ਤੇ ਦਵਾ ਦਿੱਤਾ ਤੇ ਗੋਲਡਨ ਵੀ ਤੇ ਉਹ ਡਾਇਮੰਡ ਤੱਕ ਵੀ ਲੈ ਜਾਓ ਚਲੋ ਸਾਰੀਆਂ ਗੱਲਾਂ ਨੂੰ ਉੱਥੇ ਖਤਮ ਕਰਦੇ ਹਾਂ ਆਪਾਂ ਇਹਨਾਂ ਦਾ ਕੰਜਰਖਾਨਾ ਤਾਂ ਨਹੀਂ ਜਾਂ ਮੁੱਕਣਾ ਇਹਨਾਂ ਦਾ ਜਿਹੜਾ ਇਹਨਾਂ ਨੇ ਗੰਦ ਘੋਲਿਆ ਦਾ ਨਾ ਇਹ ਤੇ ਗੰਦ ਘੋਲੀ ਜਾਂਦੇ ਆ ਤੇ ਉਹੋ ਜਿਹੀ ਦੁਨੀਆ ਜਿਹੜੀ ਇਹਨਾਂ ਨੂੰ ਵੇਖੀ ਜਾਂਦੀ ਹੈ ਤੇ ਸਾਰੀਆਂ ਗੱਲਾਂ ਖਤਮ ਹੋਣ ਦੇ ਬਾਅਦ ਜਦੋਂ ਉਹਨਾਂ ਨੇ 15-20 ਵੀਡੀਓ ਬਣਾ ਲਈਆਂ ਨਾ ਜਦੋਂ ਨੱਚ ਟੱਪ ਲਿਆ ਗੂੰ ਪਤੂੰ ਖਾ ਲਿਆ ਉਹਨਾਂ ਨੇ ਤੇ ਫਿਰ ਉਸ ਤੋਂ ਬਾਅਦ ਇੱਕ ਵੀਡੀਓ ਪਾਤੀ ਐ ਰਣਜੀਤ ਕੌਰ ਸਿੱਧੂ ਮੂਸੇਵਾਲੇ ਦੇ ਪਿੰਡ ਜਾਊਗੀ ਉਹਦੀਆਂ ਕਬਰਾਂ ਤੇ ਮੱਥਾ ਟੇਕੂਗੀ ਬਹੁਤ ਵੱਡੀ ਭਾਬੀ ਰਣਜੀਤ ਕੌਰ ਦੀ ਫੈਨ ਆ ਸਿੱਧੂ ਮੂਸੇਵਾਲੇ ਦੀ ਉਹਦੇ ਗਾਣੇ ਚੱਕ ਚੱਕ ਕੇ ਆਪਾਂ ਵੀਡੀਓ ਬਹੁਤ ਜ਼ਿਆਦਾ ਬਣਾਈਆਂ ਵਾ ਅੱਛਾ ਇਹ ਵੀਡੀਓ ਪਾਉਣ ਤੋਂ ਬਾਅਦ ਇਹਨੇ ਅਜੇ ਇੰਨਾ ਅਫਸੋਸ ਕਰਨ ਦੇ ਬਾਅਦ ਨਾਲ ਹੀ ਆ ਜਿਹੜੀਆਂ ਤੁਸੀਂ ਸਾਰੀਆਂ ਵੀਡੀਓ ਵੇਖੀਆਂ ਨਾ ਇਹ ਤੋਂ ਬਾਅਦ ਪਾਈਆਂ ਹੁਣ ਨਵੀਆਂ ਪਾਈਆਂ ਨੇ ਤੇ ਇਹ ਡਰਾਮੇ ਨੇ ਇਹਨਾਂ ਲੋਕਾਂ ਦੇ
ਬਹੁਤ ਵੱਡੀ ਫੈਨ ਹੈ, ਉੱਥੇ ਕਬਰਾਂ 'ਤੇ ਜਾਏਗੀ ਇੱਥੇ ਮੱਥਾ ਟੇਕਣ, ਹੈ ਨਾ, ਅਤੇ ਉੱਥੇ ਜਾ ਕੇ ਕਬਰਾਂ 'ਤੇ ਜਾ ਕੇ ਅਤੇ ਇਹਨਾਂ ਨੇ ਦੇਖੋ ਉੱਥੇ ਜਾ ਕੇ ਨਾ ਉੱਥੇ ਵੀ ਵੀਡੀਓ ਬਣਾ ਲਿਆ ਇਹਦੇ, ਸਾਡੇ ਬੇਸ਼ਰਮ ਲੋਕ ਨੇ ਉੱਥੇ ਜਾ ਕੇ ਵੀਡੀਓ ਬਣਾ ਕੇ ਆਏ ਆ, ਬਲੌਗ ਬਣਾ ਕੇ ਆਏ ਆ, ਇਹ ਇਹਦੀ ਹਵੇਲੀ ਹੈ, ਇੱਥੇ ਇਹ ਕਬਰਾਂ ਆ, ਉੱਥੇ ਥਾਪੀਆਂ ਮਾਰ ਕੇ ਅਤੇ ਵੀਡੀਓ ਬਣਾ ਕੇ ਆਏ। ਬਹੁਤ ਬਹਾਦਰੀ ਆ ਤੁਸੀਂ ਸਾਲਾ, ਸਿਆਣੇ ਬਿਆਣੇ ਬੁੱਢੇ ਹੋ ਗਏ ਹੋ ਤੁਸੀਂ, ਤੁਹਾਨੂੰ ਅਕਲ ਨਹੀਂ ਆਈ ਭੈਣ, ਹੈ ਨਾ, ਅਕਲ ਨਹੀਂ ਤੁਹਾਡੇ, ਇੱਥੇ ਤਾਂ ਤੁਹਾਡਾ ਗੂਹ ਭਰਿਆ ਦਾ ਖਾ ਖਾ ਕੇ ਤੁਹਾਡੇ ਸਾਲਾ, ਇੰਨੀ ਸ਼ਰਮ ਲਾਈ ਦੀ ਨਾ ਲੋਕਾਂ ਨੇ ਕਿ ਕੋਈ ਦੁਨੀਆਦਾਰੀ ਨਾਲ ਮਤਲਬ ਨਹੀਂ, ਆਪਣੀ ਦੁਨੀਆ ਬਣਾ ਕੇ ਬਹਿ ਗਏ ਅਤੇ ਇੱਕ ਆਪਣੇ ਘਰ 'ਚ ਬਸ ਰੋਜ਼ ਨਵੇਂ ਤੋਂ ਨਵੇਂ ਪ੍ਰਯੋਗ ਹੁੰਦੇ ਰਹਿੰਦੇ ਆ, ਆਂਡੇ 'ਤੇ ਕਦੀ ਤਰੀ ਵਾਲੇ ਪਰੌਂਠੇ, ਕਦੀ ਭੈਣ 'ਚੋਂ ਗੂੰ ਵਾਲੇ, ਕੋਈ ਇਹਨਾਂ ਨੂੰ ਸ਼ਰਮ ਨਹੀਂ ਆ ਵੀ ਦੁਨੀਆ ਦੇਖਦੀ ਪਈ ਆ, ਬੱਚੇ ਦੇਖਦੇ ਪਏ ਆ, ਕੁਛ ਵੀ ਮਤਲਬ ਹੈ ਕਰ ਦਿੰਦੇ ਆ, ਅਤੇ ਦੁਨੀਆ ਵੀ ਉਹੋ ਜਿਹੀ ਹੈ ਜਿਹੜਾ ਸਭ ਕੁਛ ਆਨੰਦ ਲੈ ਰਿਹਾ ਇਹਨਾਂ ਦੇਖ ਦੇਖ ਕੇ। ਅਤੇ ਪਲੀਜ਼ ਇਹੋ ਜਿਹੇ ਲੋਕਾਂ ਨੂੰ ਵੇਖਣਾ ਤੁਸੀਂ, ਤੁਹਾਡਾ ਹੁਣ ਮੈਂ ਨਹੀਂ ਕਹਿੰਦਾ ਵੀ ਵੇਖੋ ਜਾਣਾ, ਪਰ ਤੁਸੀਂ ਇਹ ਤਾਂ ਦੇਖਿਆ ਹੀ ਆ ਵੀ ਤੁਸੀਂ ਇਹਨਾਂ 'ਚ ਕੀ ਸਿੱਖਦੇ ਹੋ ਉਹਨਾਂ ਕੋਲੋਂ, ਜਿਹੜੀਆਂ ਰੈਸਪੀਆਂ ਦੱਸਦੀ ਪਈ ਆ ਆਪਣੇ ਵਿਊ ਲਈ ਹੈ ਰੋਜ਼, ਤੁਸੀਂ ਵੀ ਇਹ ਚੀਜ਼ਾਂ ਘਰ ਬਣਾਉਂਦੇ ਹੀ ਹੋ, ਤੁਹਾਨੂੰ ਵੀ ਤਾਂ ਪਤਾ ਆ ਵੀ ਇਹ ਜੋ ਬਣਾਉਂਦੀ ਹੈ ਇਹ ਤੋਂ ਪਹਿਲਾਂ ਤੁਸੀਂ ਵਧੀਆ ਹੀ ਖਾਂਦੇ ਹੋ, ਇਹਨਾਂ ਨੂੰ ਵੇਖ ਕੇ ਤੁਸੀਂ ਕਦੀ, ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਵੀ ਇੱਕ ਨੇ ਹਜ਼ਾਰਾਂ ਵਿਊ ਹੋ ਗਏ ਹੋਣਗੇ ਇਹਨਾਂ ਦੇ, ਹੈ ਨਾ, ਰੈਸਪੀ 'ਤੇ, ਕਿਸੇ ਵੀ ਇੱਕ ਬੰਦੇ ਨੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਵੱਲ ਵੇਖ ਕੇ ਆਂਡਾ ਭੁਰਜੀ ਕਿਤੇ ਬਣਾਈ ਹੋਏਗੀ, ਪਰ ਇਹਨਾਂ ਵੱਲ ਵੇਖ ਕੇ ਆਂਡਾ ਗੋਭੀ, ਆਂਡਾ ਪਿਆਜ਼, ਆਂਡਾ ਭੈਣ 'ਚ ਇਹ ਗੂੰ ਪਥੂੰ ਭੈਣ 'ਚ ਇਹੋ ਹੀ ਬਣਾਉਂਦੇ ਆ, ਮੈਨੂੰ ਨਹੀਂ ਲੱਗਦਾ ਕਿਸੇ ਨੇ ਇਹਦੀ ਕਾਪੀ ਕੀਤੀ ਹੋਏਗੀ, ਇਹਦੀ ਰੈਸਪੀ ਸਿੱਖੀ ਹੋਏਗੀ। ਅਤੇ ਚਲੋ ਛੱਡੋ ਯਾਰ ਆਪਾਂ ਨੂੰ ਕੀ ਆ, ਪਰ ਇਹਨਾਂ ਨੇ ਨਹੀਂ ਹਟਣਾ ਅਤੇ ਹਟਣਾ ਮੈਂ ਵੀ ਨਹੀਂ ਹੈ, ਠੀਕ ਹੈ ਨਾ। ਅਤੇ ਬਾਕੀ ਅੱਜ ਦੀ ਵੀਡੀਓ ਕਰਦੇ ਹਾਂ ਇੱਥੇ ਖਤਮ, ਅਤੇ ਬਾਕੀ ਵੀਡੀਓ ਜੇ ਚੰਗੀ ਲੱਗੇਗੀ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੰਨੇ ਕਿਹੜੀ ਗੋਭੀ ਵਾਲੇ ਪਕੌੜੇ ਜਾਂ ਆਂਡੇ ਵਾਲੇ ਪਕੌੜੇ ਕਿੰਨੇ ਬਣਾ ਕੇ ਖਾਧੇ ਆ ਨਾਲ ਵੇਖ ਕੇ। ਅਤੇ ਵੀਡੀਓ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ, ਧੰਨਵਾਦ ਸਾਰਿਆਂ ਦਾ, ਬਹੁਤ ਜਲਦੀ ਮਿਲਾਂਗੇ ਨਵੀਂ ਵੀਡੀਓ ਨਾਲ, ਥੈਂਕ ਯੂ ਸੋ ਮੱਚ।